ਪੁਲਿਸ ਤੇ ਕਿਨਰਾਂ ਦਰਮਿਆਨ ਲੜਾਈ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਕੱਲ੍ਹ ਸ਼ਾਮ ਨਗਰ ਨਿਗਮ ਦੀ ਇੱਕ ਟੀਮ ਪਟਿਆਲਾ ਦੇ ਫੁਹਾਰਾ ਚੌਂਕ 'ਚ ਅਵੈਧ ਕਬਜ਼ੇ ਹਟਾਉਣ ਲਈ ਪਹੁੰਚੀ ਸੀ ਤਾਂ ਜਦੋਂ ਉੱਥੇ ਇੱਕ ਦੁਕਾਨਦਾਰ ਦੇ ਕਾਊਂਟਰ ਨੂੰ ਚੁੱਕ ਕੇ ਆਪਣੀ ਗੱਡੀ 'ਚ ਰੱਖਣ ਲੱਗੇ ਤਾਂ ਦੁਕਾਨਦਾਰ ਰਾਜਕੁਮਾਰ ਵੱਲੋਂ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਤਰਲੇ ਮਿੰਨਤਾਂ ਕਰਨੇ ਸ਼ੁਰੂ ਕਰ ਦਿੱਤੇ। ਉੱਥੇ ਹੀ ਲਾਗੇ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਬਿਨਾਂ ਮਤਲਬ ਰਾਜਕੁਮਾਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਦੁਕਾਨਦਾਰ ਦੇ ਅੰਦਰ ਰਾਜਕੁਮਾਰ ਦਾ ਭਰਾ ਜੋ ਕਿ ਇੱਕ ਕਿਨਰ ਹੈ ਅਤੇ ਉਸ ਦੇ ਸਾਥੀ ਰਾਜਕੁਮਾਰ ਦੀ ਮਦਦ ਲਈ ਅੱਗੇ ਆਏ ਅਤੇ ਪੁਲਿਸ ਨੇ ਉਹਨਾਂ ਨੂੰ ਵੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਕਿਨਰ ਭੜਕ ਪਏ ਅਤੇ ਕਿਨਰਾਂ ਨੇ ਪੁਲਿਸ 'ਤੇ ਭਾਂਡੇ ਚੁੱਕ ਚੁੱਕ ਕੇ ਮਾਰੇ। ਤੁਹਾਨੂੰ ਦੱਸ ਦਈਏ ਕਿ ਕਿਨਰਾਂ ਨੇ ਸੜਕ ਉੱਤੇ ਮੂਕ ਦਰਸ਼ਕ ਅਗਾਹਾਂ ਕੀਤਾ। ਹੋ ਗਈ ਸਾਡੇ ਸਟਾਫ ਕੇ ਬੰਦੇ ਹੱਤਾ ਪਾਈ ਹੋ ਗਈ, ਸਾਨੂੰ ਮਾਫ਼ ਕਰੋ, ਗਲਤੀ ਹੋ ਗਈ, ਅੱਗੇ ਸੇ ਇਹ ਗੱਲ ਕਰੀਏ, ਸਾਨੂੰ ਜੋ ਸਜ਼ਾ ਦਿਓਗੇ ਉਹ ਮਨਜ਼ੂਰ ਹੈ, ਸਾਨੂੰ ਇਸ ਵਾਰ ਸਾਨੂੰ ਮਾਫ਼ ਕਰ ਦਿਓ, ਅਸੀਂ ਨਹੀਂ ਮਾੜੇ ਸਟਾਫ ਕੇ ਬੰਦੇ ਕੋਲੋਂ। ਹਾਂਜੀ ਗਲਤੀ ਨਹੀਂ ਹੋਏਗੀ, ਅੱਗੇ ਸੇ ਨਹੀਂ ਹੋਏਗੀ ਭਾਅ ਜੀ। ਬਸ ਆਪਣੀ ਫਰੈਂਡਾਂ ਕਰਕੇ ਭਾਅ ਜੀ, ਹੋਰ ਕੀ, ਮੇਰੀ ਫਰੈਂਡ ਹੈ ਸਰੋਜ ਮਹੰਤ, ਬਸ ਉਹਦੇ ਕਰਕੇ ਉਹਦੇ ਬ੍ਰਦਰ ਸੀ, ਥੋੜ੍ਹਾ ਵਿੱਚ ਵਿਚੋਲਾ ਕਰਵਾਉਣਾ ਪਿਆ, ਮੇਰੀ ਫਰੈਂਡ ਲੈ ਗਈ ਸੀ ਸਰੋਜ ਮਹੰਤ ਪਟਿਆਲੇ ਸੇ, ਸਿਮਰਨ ਦੇ ਚੇਲੇ, ਅਤੇ ਅਸੀਂ ਗਲਤੀ ਹੋ ਗਈ, ਅਸੀਂ ਆਪਣੇ ਸਟਾਫ ਕੇ ਬੰਦਿਆਂ ਨਾਲ ਅਸੀਂ ਲੜਾਈ ਕੀਤੀ, ਕੋਈ ਗਲਤੀ ਹੋਈ ਤਾਂ ਸਾਨੂੰ ਮਾਫ਼ ਕਰੋ ਭਾਅ ਜੀ, ਅੱਗੇ ਸੇ ਗਲਤੀ ਹੋਈ ਆਪਣੇ ਸਟਾਫ ਕੇ ਬੰਦੇ ਨਾਲ, ਜੋ ਹੋਏਗਾ ਉਹ ਸਜ਼ਾ ਦੇਣੇ ਕਿ ਮਨਜ਼ੂਰ ਹੈ।